ਦੀ ਟਰੈਕਿੰਗ ਸ਼ੋ ਮਾਈਲਸ ਇਨ ਸਟਾਈਲ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਇਸ ਸ਼ੋ ਦੇ ਦੌਰਾਨ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਸਾਰੇ ਟਰੱਕ ਡਰਾਈਵਰਾਂ ਦੀ ਅਤੇ ਸਾਰੇ ਟਰੱਕ ਓਨਰਾਂ ਦੀ, ਜੋ ਕਿ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਧਰਤੀ ਦੇ ਉੱਤੇ ਟਰੈਕਿੰਗ ਬਿਜ਼ਨਸ ਨੂੰ ਕਾਮਯਾਬ ਕਰਨ ਦੇ ਲਈ ਪ੍ਰੋਗਰੈਸਿਵ ਹੋ ਰਹੇ ਹਨ। ਅੱਜ ਸਾਡੀ ਟੀਮ ਪਹੁੰਚੀ ਹੈ ਜੀ ਕੈਂਸਸ ਸਿਟੀ, ਜਿੱਥੇ ਅਸੀਂ ਸਿਟੀ ਟਰੱਕ ਐਂਡ ਟਾਇਰ ਰਿਪੇਅਰ ਦੇ ਓਨਰਸ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਇਸ ਟਰੈਕਿੰਗ ਸ਼ੋਅ ਦੇ ਵਿੱਚ ਕਿਵੇਂ ਉਹਨਾਂ ਨੇ ਆਪਣੇ ਆਪ ਨੂੰ ਕਾਮਯਾਬ ਕੀਤਾ ਕੈਂਸਸ ਦੇ ਵਿੱਚ, ਔਰ ਕਿਵੇਂ ਸਿਟੀ ਟਰੱਕ ਰਿਪੇਅਰ ਐਂਡ ਟਾਇਰ ਰਿਪੇਅਰ ਜਿਹੜੀ ਹੈ ਸ਼ੋਪ ਹੈਗੀ ਹੈ, ਜਿਹੜਾ ਇਹ ਬਿਜ਼ਨਸ ਹੈਗਾ ਹੈ, ਪ੍ਰੋਗਰੈਸਿਵ ਹੋ ਰਿਹਾ, ਕਾਮਯਾਬ ਹੋ ਰਿਹਾ ਕੈਂਸਸ ਦੇ ਵਿੱਚ। ਮੇਰੇ ਨਾਲ ਮੁਲਾਕਾਤ ਕਰਨਗੇ ਤੀਰਥ ਸਿੰਘ ਸਰਾਏ ਅਤੇ ਨਾਲ ਉਹਨਾਂ ਦੇ ਪਾਰਟਨਰ ਜਸਵਿੰਦਰ ਸਿੰਘ ਸਰਾਏ। ਅਤੇ ਲਓ ਜੀ, ਪਹੁੰਚ ਚੁੱਕੇ ਨੇ ਮੇਰੇ ਨਾਲ ਤੀਰਥ ਸਿੰਘ ਸਰਾਏ ਜੀ, ਉਹਨਾਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਅਤੇ ਨਾਲ ਹੀ ਸਾਡੇ ਨਾਲ ਮੌਜੂਦ ਨੇ ਜਸਵਿੰਦਰ ਸਿੰਘ ਸਰਾਏ, ਉਹਨਾਂ ਦਾ ਵੀ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਅਤੇ ਅੱਜ ਕੈਂਸਸ ਸਿਟੀ ਵਿਖੇ ਸਿਟੀ ਟਰੱਕ ਐਂਡ ਟਾਇਰ ਰਿਪੇਅਰ ਇਨਕਾਰਪੋਰੇਸ਼ਨ, ਜਿੱਥੇ ਹਰ ਉਸ ਟਰੱਕ ਦੀ ਰਿਪੇਅਰ ਹੁੰਦੀ ਹੈ ਜੋ ਕਿ ਕੈਂਸਸ ਦੇ ਆਲੇ ਦੁਆਲੇ ਸਿਟੀ ਤੋਂ ਆ ਕੇ, ਅਗਰ ਉਹਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਤਾਂ ਤੀਰਥ ਸਰਾਏ ਅਤੇ ਜਸਵਿੰਦਰ ਸਰਾਏ ਇੱਥੇ ਆ ਕੇ ਉਸ ਟਰੱਕ ਦੀ ਰਿਪੇਅਰ ਕਰਵਾਉਂਦੇ ਹਨ। ਅਤੇ ਨਾਲ ਹੀ ਜੇਕਰ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਟਾਇਰ ਦੀ ਜਾਂ ਫਿਰ ਕਿਸੇ ਵੀ ਮਕੈਨੀਕਲ ਪ੍ਰੋਬਲਮ ਦੀ, ਤਾਂ ਤੀਰਥ ਸਰਾਏ ਅਤੇ ਜਸਵਿੰਦਰ ਭਾਅ ਜੀ ਉਸ ਗੱਲ ਦਾ ਧਿਆਨ ਰੱਖਦੇ ਹਨ। ਭਾਅ ਜੀ, ਤੁਹਾਡਾ ਸਵਾਗਤ ਹੈ ਦੀ ਟਰੈਕਿੰਗ ਸ਼ੋਅ ਦੇ ਵਿੱਚ। ਤੁਹਾਡਾ ਬਹੁਤ ਬਹੁਤ ਸਵਾਗਤ ਜੀ ਹਰਕੀਰਤ ਜੀ, ਐਂਡ ਜਸ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਲਈ ਟਾਈਮ ਕੱਢਿਆ ਆਪਣੇ ਕੀਮਤੀ ਪਲਾਂ 'ਚੋਂ। ਬਹੁਤ ਬਹੁਤ ਧੰਨਵਾਦ ਜੀ। ਟਰੱਕ ਬਹੁਤ ਸੋਹਣਾ, ਬਾ ਕਮਾਲ ਟਰੱਕ ਹੈ ਇਹ ਜੀ। ਕੱਲ੍ਹ ਹੀ ਆਪਣਾ ਕਸਟਮਰ ਆ ਮੁੰਡਾ, ਅਤੇ ਬਹੁਤ ਆਪਣੇ ਪਿਆਰ ਵਾਲੇ ਸੱਜਣ ਹੈ, ਉਹਨਾਂ ਨੇ ਕੱਲ੍ਹ ਹੀ ਹਜੇ ਲੈ ਕੇ ਆਉਂਦਾ ਜੀ, ਕੱਲ੍ਹ ਹੀ ਬਾਏ ਕੀਤਾ ਨਵਾਂ ਉਹਨਾਂ ਨੇ। ਜਸਵਿੰਦਰ ਭਾਅ ਜੀ, ਤੁਹਾਡਾ ਸਵਾਗਤ ਹੈ ਇਹਦਾ ਟਰੈਕਿੰਗ ਸ਼ੋਅ ਦੇ ਵਿੱਚ। ਜਸ ਪੰਜਾਬੀ ਦਾ ਬਹੁਤ ਬਹੁਤ ਥੈਂਕ ਯੂ ਜਿਹੜਾ ਸਾਡਾ ਕਵਰੇਜ ਕਰਨ ਆਏ ਆ, ਥੈਂਕ ਯੂ। ਸੋ ਭਾਅ ਜੀ, ਆਪਣੀ ਕੀ USP ਹੈਗੀ ਹੈ, ਤੁਸੀਂ ਕਿਵੇਂ ਧਿਆਨ ਰੱਖਦੇ ਹੋ ਜੋ ਵੀ ਕਸਟਮਰ ਤੁਹਾਡੇ ਕੋਲ ਆਉਂਦਾ ਹੈ, ਔਰ ਉਹਨੂੰ ਕੀ ਤੁਸੀਂ ਖਾਸੀਅਤ ਹੈ ਤੁਹਾਡੀ, ਕੀ ਤੁਸੀਂ ਉਹਨੂੰ ਸਰਵਿਸਿਜ਼ ਦਿੰਦੇ ਹੋ ਕਿ ਤੁਹਾਡੇ ਕੋਲ ਉਹ ਹਮੇਸ਼ਾ ਆਉਂਦਾ ਹੀ ਰਹਿੰਦਾ? ਆਪਣੇ ਕੋਲ ਜਿੰਨੇ ਵੀ ਹਰਕੀਰਤ ਜੀ ਕਸਟਮਰ ਆ, ਰੈਗੂਲਰ ਕਸਟਮਰ ਆ, ਸਾਰੇ ਕੈਂਸਸ ਸਿਟੀ ਤੋਂ ਤਕਰੀਬਨ 80-90%, ਅਤੇ ਉਹਨਾਂ ਨੂੰ ਸਰਵਿਸ ਵਧੀਆ ਦੇਈਦੀ ਆ। ਟਾਈਮ ਜੇ ਕਿਸੇ ਨੂੰ ਐਮਰਜੈਂਸੀ ਵੀ ਆ, ਵੈਸੇ ਸਾਡਾ ਸ਼ੋਪ ਦਾ ਟਾਈਮ ਹੈ 8-8, ਤਾਂ ਜੇ ਕਿਸੇ ਨੂੰ ਕੋਈ ਐਮਰਜੈਂਸੀ ਵੀ ਹੋਵੇ ਅਸੀਂ ਰਾਤ ਨੂੰ 11-12 ਵਜੇ ਤੱਕ ਵੀ ਇੱਥੇ ਉਹਨਾਂ ਦਾ ਕੰਮ ਕਰਕੇ ਫਿਰ ਜਾਂਦੇ ਹਾਂ। ਇਸ ਕਰਕੇ ਸਾਰੇ ਆਪਣਾ ਕੰਮ ਲਾਈਕ ਕਰਦੇ ਆ, ਅਤੇ ਤੁਸੀਂ ਦੇਖਦੇ ਜਿੰਨੇ ਟਰੱਕ ਖੜ੍ਹੇ ਆ ਯਾਰ 'ਚ ਸਾਰੇ ਰਿਪੇਅਰ ਵਾਲੇ ਆ, ਉਹ ਆਪਾਂ ਨੂੰ ਕੀ ਦੇ ਜਾਂਦੇ ਆ, ਅਤੇ ਜਦੋਂ ਡਨ ਹੋ ਜਾਂਦਾ ਉਹਨਾਂ ਨੂੰ ਕਾਲ ਕਰ ਦਈਦੀ ਆ, ਅਤੇ ਆਪਣਾ ਟਰੱਕ ਲੈ ਜਾਂਦੇ ਆ ਜੀ। ਠੀਕ ਹੈ, ਅਤੇ ਜੇਕਰ ਮੈਂ ਹੁਣ ਗੱਲ ਕਰਾਂ ਕੀ ਕੁਝ ਤਕਨੀਕੀਆਂ ਜਿਹੜੀ ਖਰਾਬੀਆਂ ਟਰੱਕ ਦੇ ਵਿੱਚ ਆਉਂਦੀ ਹੋ, ਤੁਸੀਂ ਉਹਨੂੰ ਰਿਪੇਅਰ ਕਰਦੇ ਹੋ? ਜੀ ਜੀ ਬਿਲਕੁਲ, ਤਾਂ ਜਿਵੇਂ ਕਿ ਅਸੀਂ ਮੇਜਰ ਇੰਜਨ ਦੇ ਅੰਡਰ ਦੀ ਰਿਪੇਅਰ ਤਾਂ ਨਹੀਂ ਕਰਦੇ ਜੀ, ਟਾਇਰ ਟਰਾਂਸਮਿਸ਼ਨ ਹੋ ਗਿਆ ਜੀ, ਆਪਣਾ ਰੈਡੀਏਟਰ ਵਗੈਰਾ, ਹੋਰ ਜਿੰਨਾ ਵੀ ਸਸਪੈਂਸ਼ਨ ਦਾ ਕੰਮ, ਟ੍ਰੇਲਰ ਦਾ ਸਸਪੈਂਸ਼ਨ, ਮਕੈਨੀਕਲ ਕੰਮ ਸਾਰਾ ਹੀ ਕਰਦੇ ਹਾਂ ਜੀ। ਠੀਕ ਹੈ, ਅਤੇ ਬਾਕੀ ਨਵੇਂ ਟਾਇਰ JK ਟਾਇਰ ਆ ਸਾਡੇ ਕੋਲ, ਇੰਡੀਆ ਤੋਂ ਆਉਂਦੇ ਜੀ, ਉਹਨਾਂ ਦਾ ਡਿਸਟ੍ਰੀਬਿਊਟਰ ਹੈ ਆਪਣੇ ਕੋਲ। ਠੀਕ ਹੈ, ਨਵੇਂ ਟਾਇਰ ਹਰ ਇੱਕ ਮਿਡਨ USA ਵੀ, ਚਾਈਨੀਜ਼ ਵੀ ਐਂਡ ਇੰਡੀਅਨ ਵੀ ਆਪਣੇ ਕੋਲ ਹੈਗੇ ਆ ਜੀ। ਸੋ ਤੁਸੀਂ ਟਾਇਰ ਜੇਕਰ ਕੈਂਸਸ ਸਿਟੀ ਦੇ ਕਿਤੇ ਵੀ ਨਾਲ ਦੀ ਸਟੇਟ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਟਾਇਰ ਵੀ ਇੱਥੇ ਆ ਕੇ ਬਦਲਵਾ ਸਕਦੇ ਹੋ। JK ਟਾਇਰ ਦੀ ਇਹਨਾਂ ਦੇ ਕੋਲ ਫਰੈਂਚਾਈਜ਼ੀ ਹੈਗੀ ਹੈ। ਜਸਵਿੰਦਰ ਭਾਅ ਜੀ, ਔਰ ਕੀ ਕੁਝ ਕਸਟਮਰ ਇੱਥੇ ਆ ਕੇ ਡਿਮਾਂਡ ਕਰਦੇ ਆ ਤੁਹਾਡੇ ਕੋਲ? ਸਾਰਾ ਕੁਝ ਕਰਦੇ ਹਾਂ ਜੀ, ਟਾਇਰ, ਬ੍ਰੇਕਾਂ, ਆਲ ਚੇਂਜ ਸਭ ਕੁਝ ਕਰਦੇ ਹਾਂ ਜੀ। ਤੀਰਥ ਭਾਅ ਜੀ, ਕਦ ਤੁਸੀਂ ਇਹ ਬਿਜ਼ਨਸ ਸਟਾਰਟ ਕੀਤਾ ਸੀਗਾ ਔਰ ਤੁਸੀਂ ਕਿਵੇਂ ਰਿਪੇਅਰ ਬਿਜ਼ਨਸ ਦੇ ਵਿੱਚ? ਸਭ ਤੋਂ ਪਹਿਲਾਂ ਜੀ ਮੈਂ 2008 'ਚ ਇੱਥੇ ਆਇਆ ਸੀਗਾ, ਭਾਅ ਜੀ ਹੁਣੀ ਤਾਂ ਪਹਿਲਾਂ ਇੱਥੇ ਸੀਗੇ, ਉਦੋਂ ਮੈਂ ਇੱਕ ਟਰੱਕ ਆਪ, ਮੈਂ 4 ਸਾਲ ਟਰੱਕ ਵੀ ਚਲਾਇਆ ਜੀ। ਅੱਛਾ ਜੀ। ਫਿਰ 2011 ਦੇ ਵਿੱਚ ਅਸੀਂ ਟਰੈਕਿੰਗ ਸਟਾਰਟ ਕੀਤੀ ਸੀ, ਟਰੈਕਿੰਗ ਸਾਡੇ ਤੋਂ ਨਹੀਂ ਉਹਦੇ ਵਿੱਚ ਅਸੀਂ ਕਾਮਯਾਬ ਹੋ ਸਕੇ, ਅਤੇ ਪਹਿਲਾਂ ਅਸੀਂ ਰਿਪੇਅਰ ਸ਼ੋਪ ਸੀ ਸਾਡੀ ਸਿਰਫ ਆਪਣੇ ਟਰੱਕਾਂ ਲਈ, ਫਿਰ ਉਸ ਤੋਂ ਬਾਅਦ ਅਸੀਂ ਟਰੈਕਿੰਗ ਕੰਪਨੀ ਬੰਦ ਕਰਕੇ ਸਿਰਫ ਰਿਪੇਅਰ ਸ਼ੋਪ ਇਕੱਲੀ ਰੱਖ ਲਈ ਸਿਰਫ ਆਊਟਸਾਈਡ ਕਸਟਮਰਾਂ ਵਾਸਤੇ। ਠੀਕ ਹੈ ਜੀ। ਅਤੇ ਹੁਣ ਆਪਣੇ ਕੋਲ ਬੜੀ ਪਰਮਾਤਮਾ ਦੀ ਕਿਰਪਾ ਜੀ, ਅਤੇ ਬਿਜ਼ੀ ਪੂਰਾ ਦਿਨ ਇੱਦਾਂ ਹੀ ਬਿਜ਼ੀ ਰਹਿੰਦਾ ਜੀ, ਅਤੇ ਬੜੀ ਅਪਾਰ ਬਖਸ਼ਿਸ਼ ਕਰ ਪਰਮਾਤਮਾ ਦੀ ਜੀ। ਤੀਰਥ ਭਾਅ ਜੀ, ਜੇਕਰ ਮੈਂ ਹੁਣ ਟਰੈਕਿੰਗ ਬਿਜ਼ਨਸ ਦੀ ਗੱਲ ਕਰਾਂ, ਕੀ ਕੁਝ ਮੁਸ਼ਕਿਲਾਂ ਦਾ ਸਾਹਮਣਾ ਇਸ ਬਿਜ਼ਨਸ ਦੇ ਵਿੱਚ ਕਰਨਾ ਪੈ ਰਿਹਾ ਹੈ, ਔਰ ਕੀ ਕੁਝ ਤਰਾਜ਼ਦੀ ਹੈਗੀ ਹੈ ਕਿ ਜਿਹੜਾ ਟਰੈਕਿੰਗ ਬਿਜ਼ਨਸ ਹੈਗਾ ਉਹ ਕਿੱਥੇ ਨਾ ਕਿੱਥੇ ਅਸੀਂ ਪੜ੍ਹਦੇ ਹਾਂ ਨਿਊਜ਼ ਦੇ ਵਿੱਚ ਵੀ, ਅਸੀਂ ਰੋਜ਼ਾਨਾ ਦੇਖਦੇ ਹਾਂ ਕਿ ਡਾਊਨਫੋਲ ਆ ਰਿਹਾ, ਉਹ ਡਾਊਨਫੋਲ ਆਉਣ ਦਾ ਕਾਰਨ ਕੀ ਹੈਗਾ? ਕਾਰਨ ਇਹ ਹੈ ਜੀ ਕਿ ਆਪਣੇ ਜਿਹੜਾ ਹੈਗਾ ਨਾ ਜੀ ਲੋਡ ਦਾ ਸਿਸਟਮ, ਲੋਕ ਜਿਹੜਾ ਹੈਗਾ ਇੱਕ ਦੂਜੇ ਦੀ ਲੱਤਾਂ ਜ਼ਿਆਦਾ ਖਿੱਚਦੇ ਜੀ, ਜਦੋਂ ਲੋਡ ਬੁੱਕ ਕਰਦੇ ਆ ਨਾ ਜੀ ਉਦੋਂ
ਮੇਰਾ ਗੁੱਸਾ ਨਾ ਕਰਨ, ਮੈਂ ਜੋ ਮੇਰੇ ਜਵਾਨ 'ਤੇ ਉਹ ਮੈਂ ਕਹਿਣ ਲੱਗਿਆ, ਉਦੋਂ ਮਾਇਲੇਜ ਨਾਲ ਕੋਈ ਕੈਲਕੂਲੇਟ ਕਰਕੇ ਜਾਂ ਇੱਦਾਂ ਦਾ ਕੋਈ ਉਹ ਚੈੱਕ ਨਹੀਂ ਕਰਦੇ, ਸਿਰਫ ਆਪਣੇ ਟਰੱਕ ਕਵਰ ਕਰਨ ਦੀ ਕੋਸ਼ਿਸ਼ ਕਰਦੇ ਆ। ਤਾਂ ਮੇਰੀ ਸਾਰੇ ਵੀਰਾਂ ਨੂੰ ਇਹੀ ਬੇਨਤੀ ਆ ਕਿ ਹੁਣ ਟਰੈਕਿੰਗ ਦਾ ਜਿਹੜਾ ਜੋ ਹਾਲ ਹੈ ਇਸ ਵੇਲੇ, ਬਹੁਤ ਸੰਭਲ ਕੇ ਸੋਚ ਕੇ ਕਰਨ ਵਾਲਾ ਇਹ ਹੈਗਾ। ਅਤੇ ਸੋ ਬਾਕੀ 8-10 ਸਾਲ ਬਾਅਦ ਉਤਰਾਅ ਚੜ੍ਹਾਅ ਇਸ ਕਿਸੇ ਹਰ ਇੱਕ ਬਿਜ਼ਨਸ 'ਚ ਆਉਂਦਾ, ਅਤੇ ਇਹ ਵੀ ਹੁਣ 7-8 ਸਾਲ ਬਾਅਦ ਇੱਦਾਂ ਹੋਇਆ ਅਤੇ ਠੀਕ ਹੋ ਜਾਊਗਾ, ਪਰ ਸੰਭਲ ਕੇ ਚੱਲਣਗੇ ਤਾਂ ਵਧੀਆ ਰਹੂਗਾ। ਬਿਲਕੁਲ, ਅਤੇ ਸਾਡਾ ਵੀ ਇਹੀ ਮਕਸਦ ਹੈਗਾ ਇਸ ਸ਼ੋਅ ਦੇ ਦੌਰਾਨ ਕਿ ਤੁਹਾਨੂੰ ਉਹ ਸਾਰੀ ਖਬਰ ਦੱਸ ਸਕੀਏ ਜੋ ਕਿ ਟਰੈਕਿੰਗ ਬਿਜ਼ਨਸ ਦੇ ਨਾਲ ਸੰਬੰਧਿਤ ਹੈ, ਔਰ ਕਿਵੇਂ ਟਰੈਕਿੰਗ ਬਿਜ਼ਨਸ ਦੇ ਵਿੱਚ ਤੁਸੀਂ ਆਪਣਾ ਜਿਹੜਾ ਫਿਊਚਰ ਹੈ ਉਹ ਬਣਾ ਸਕਦੇ ਹੋ। ਔਰ ਜਿੱਥੇ ਅਸੀਂ ਅੱਜ ਟਰੈਕਿੰਗ ਬਿਜ਼ਨਸ ਦੇ ਵਿੱਚ ਡਰਾਈਵਰਾਂ ਨੂੰ ਲੱਭਦੇ ਹਾਂ, ਜਿੱਥੇ ਤੁਸੀਂ ਟਰੱਕ ਡਰਾਈਵਰ ਦੇ ਲਈ ਪੜ੍ਹਾਈ ਵੀ ਕਰਦੇ ਹੋ ਔਰ ਤੁਸੀਂ ਲਾਇਸੈਂਸ ਵੀ ਲੈਂਦੇ ਹੋ, ਉੱਥੇ ਮੈਨੂੰ ਲੱਗਦਾ ਕਿ ਜਿਹੜਾ ਰਿਪੇਅਰ ਬਿਜ਼ਨਸ ਹੈਗਾ ਉਹ ਵੀ ਪ੍ਰੋਗਰੈਸਿਵ ਹੋ ਰਿਹਾ। ਜੇਕਰ ਤੁਸੀਂ ਰਿਪੇਅਰ ਬਿਜ਼ਨਸ ਦੇ ਵਿੱਚ ਆਉਣਾ ਚਾਹੁੰਦੇ ਹੋ, ਔਰ ਜੇਕਰ ਤੁਸੀਂ ਕੈਂਸਰ ਸਿਟੀ ਦੇ ਨਾਲ ਦੀ ਕਿਸੇ ਸਟੇਟ ਦੇ ਵਿੱਚ ਰਹਿੰਦੇ ਹੋ ਜਾਂ ਫਿਰ ਤੁਸੀਂ ਕੈਂਸਰ ਸਿਟੀ ਹੀ ਰਹਿੰਦੇ ਹੋ, ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਤੀਰਥ ਸਰਾਏ ਅਤੇ ਜਸਵਿੰਦਰ ਸਰਾਏ ਹੋਰਾਂ ਦੇ ਨਾਲ। ਇਸ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਆਪਣੇ ਟਰੱਕ ਨੂੰ ਰਿਪੇਅਰ ਕਰਾਉਣਾ ਚਾਹੁੰਦੇ ਹੋ, ਤੁਹਾਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਾਂ ਤੁਸੀਂ ਕੈਂਸਰ ਸਿਟੀ ਪਹੁੰਚੇ ਹੋ, ਤਾਂ ਫਿਰ ਵੀ ਤੁਸੀਂ ਜਿਹੜਾ ਹੇਠ ਲਿਖਾ ਨੰਬਰ ਹੈ ਉਸ ਦੇ ਉੱਤੇ ਕਾਲ ਕਰਕੇ ਤੀਰਥ ਸਰਾਏ ਹੋਰਾਂ ਨਾਲ ਅਤੇ ਨਾਲ ਹੀ ਜਸਵਿੰਦਰ ਸਰਾਏ ਹੋਰਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਔਰ ਜਿਵੇਂ ਕਿ ਸਾਨੂੰ ਇਹਨਾਂ ਨੇ ਦੱਸਿਆ ਕਿ ਅਸੀਂ ਤੁਹਾਨੂੰ ਉਹ ਸਾਰੀ ਸਰਵਿਸਿਜ਼ ਦੇਵਾਂਗੇ ਜੋ ਕਿ ਤੁਹਾਡੇ ਟਰੱਕ ਦੇ ਨਾਲ ਸੰਬੰਧਿਤ ਹੈ, ਅਤੇ ਸਿਟੀ ਟਰੱਕ ਐਂਡ ਟਾਇਰ ਰਿਪੇਅਰ ਇਨ ਕਾਰਪੋਰੇਸ਼ਨ ਜਿਹੜੀ ਹੈਗੀ ਹੈ ਉਹ ਧਿਆਨ ਰੱਖਦੀ ਹੈ ਟਰੱਕ ਸੇਲਸ ਦਾ ਵੀ, ਟਰੱਕ ਰਿਪੇਅਰ ਦਾ ਵੀ ਔਰ ਤੁਹਾਡੇ ਟਾਇਰ ਦਾ ਵੀ। ਜੇਕਰ ਤੁਸੀਂ ਟਰੱਕ ਖਰੀਦਣਾ ਵੀ ਚਾਹੁੰਦੇ ਹੋ ਜਾਂ ਵੇਚਣਾ ਵੀ ਚਾਹੁੰਦੇ ਹੋ ਤਾਂ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਤੀਰਥ ਸਰਾਏ ਅਤੇ ਜਸਵਿੰਦਰ ਸਰਾਏ ਹੋਰਾਂ ਦੇ ਨਾਲ ਇਸ ਹੇਠ ਲਿਖੇ ਨੰਬਰ ਦੇ ਉੱਤੇ। ਭਾਅ ਜੀ, ਤੁਸੀਂ ਦੱਸ ਰਹੇ ਸੀਗੇ ਕਿ ਜਿਵੇਂ ਕਿ ਟਾਇਰ ਸੇਲਸ, ਟਰੱਕ ਐਂਡ ਟ੍ਰੇਲਰ ਰਿਪੇਅਰ ਅਤੇ ਹੋਰ ਵੀ ਜਿਹੜੇ ਆਟੋ ਬੋਡੀ ਪਾਰਟਸ ਨੇ ਟਰੱਕ ਦੇ ਉਹਦੇ ਵੀ ਤੁਸੀਂ ਸਰਵਿਸਿਜ਼ ਦਿੰਦੇ ਹੋ? ਜੀ, ਸਾਡੇ ਕੋਲ ਪਾਰਟ ਡਿਸਟ੍ਰੀਬਿਊਸ਼ਨ ਹੈ ਜੀ, ਹਰ ਇੱਕ ਮੇਕ ਐਂਡ ਮਾਡਲ ਦੇ ਹਰ ਇੱਕ ਪਾਰਟ ਸਾਡੇ ਕੋਲ ਅਵੇਲੇਬਲ ਆ। ਸਟੋਕ 'ਚ ਵੀ ਹੈਗੇ ਆ ਤਾਂ ਅਸੀਂ ਸਪੈਸ਼ਲ ਆਰਡਰ ਜਾਂ ਨੈਕਸਟ ਡੇਅਰ ਵੀ ਆਰਡਰ ਕਰ ਸਕਦੇ ਹਾਂ ਜੀ। ਠੀਕ ਹੈ, ਅਤੇ ਮੇਰੇ ਨਾਲ ਸੋਨੂੰ ਭਾਅ ਜੀ ਅਤੇ ਪ੍ਰੀਤ ਭਾਅ ਜੀ ਵੀ ਇੱਥੇ ਮੌਜੂਦ ਨੇ ਜੋ ਕਿ ਧਿਆਨ ਰੱਖਦੇ ਹਨ ਪੂਰੇ ਇਸ ਬਿਜ਼ਨਸ ਦੀ, ਅਤੇ ਨਾਲ ਹੀ ਜਦ ਗੱਲ ਰਿਪੇਅਰ ਦੀ ਆਉਂਦੀ ਹੈ ਤਾਂ ਵਚਨਬੰਧ ਹੋ ਰਹੇ ਨੇ। ਪ੍ਰੀਤ ਭਾਅ ਜੀ, ਸੋਨੂੰ ਭਾਅ ਜੀ, ਸਤਿ ਸ਼੍ਰੀ ਅਕਾਲ ਇਨ ਟਰੈਕਿੰਗ ਸ਼ੋਅ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਸਭ ਤੋਂ ਪਹਿਲਾਂ ਤਾਂ ਭਾਅ ਜੀ ਜਸ ਟੀ ਵੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਸਾਡੀ ਸਿਟੀ 'ਚ ਆਏ, ਸਾਡੀ ਸ਼ੋਅ 'ਤੇ ਪਹੁੰਚੇ ਆ, ਅਸੀਂ ਇਹਨਾਂ ਦੇ ਬਹੁਤ ਦਿਲੋਂ ਧੰਨਵਾਦੀ ਹਾਂ। ਬਾਕੀ ਭਾਅ ਜੀ, ਸਾਨੂੰ 3-4 ਸਾਲ ਹੋ ਗਏ ਸ਼ੋਪ ਖੁੱਲ੍ਹੀ ਨੂੰ, ਮਤਲਬ ਪਹਿਲਾਂ ਥੋੜ੍ਹਾ ਘੱਟ ਸੀ, ਹੌਲੀ ਹੌਲੀ ਸਾਡਾ ਕੰਮ ਵੱਧਦਾ ਗਿਆ ਜਿੱਦਾਂ, ਅਤੇ ਸਾਡੇ ਨਾਲ ਕਾਫੀ ਪੰਜਾਬੀ ਵੀਰ ਵੀ ਜੁੜੇ ਆ, ਅਤੇ ਹੁਣ ਕਾਫੀ ਜਿੱਦਾਂ ਬਿਜ਼ੀ ਰਹਿੰਦੇ ਹਾਂ ਅਸੀਂ, ਅਤੇ ਮਤਲਬ ਕਸਟਮਰ ਨੂੰ ਵਧੀਆ ਸਰਵਿਸ ਦੇਣ ਦਾ ਉਪਰਾਲਾ ਕਰੀਦਾ, ਜਿੰਨੀ ਵਧੀਆ ਤੋਂ ਵਧੀਆ ਸਰਵਿਸ ਦੇ ਸਕੀਏ, ਜਲਦੀ ਤੋਂ ਜਲਦੀ ਕੰਮ ਡਨ ਕਰ ਸਕੀਏ। ਸੋ ਦਿਸ ਇਜ਼ ਬੇਸਿਕਲੀ ਆ ਫੈਮਲੀ ਓਰੀਐਂਟਡ ਬਿਜ਼ਨਸ ਹੈਗਾ, ਅਤੇ ਜਿੱਥੇ ਅਸੀਂ ਸਾਰੇ ਰਲ ਕੇ ਕੰਮ ਕਰਦੇ ਹਾਂ ਟਰੱਕ ਬਿਜ਼ਨਸ ਦੇ ਵਿੱਚ, ਕਿਉਂਕਿ ਲੋੜ ਹੁੰਦੀ ਹੈ ਆਪਣੀ ਫੈਮਲੀ ਦੀ। ਅਤੇ ਇੱਥੇ ਤੀਰਥ ਭਾਅ ਜੀ ਹੋਰਾਂ ਦੇ ਮਾਮਾ ਜੀ ਵੀ ਮੌਜੂਦ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਕਿ ਮਾਮਾ ਜੀ ਕਿਵੇਂ ਧਿਆਨ ਰੱਖਦੇ ਹਨ ਇਸ ਬਿਜ਼ਨਸ ਦਾ। ਕੀ ਨਾਂ ਜੀ ਸਰ ਤੁਹਾਡਾ? ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਜਸ ਪੰਜਾਬੀ ਟੀਮ ਦਾ ਜੀ। ਅਤੇ ਬਿਜ਼ਨਸ ਬਾਰੇ ਜੀ, ਆਪ ਜੀ ਨੇ ਪਹਿਲਾਂ ਤਾਂ ਵੈਸੇ ਦੱਸ ਹੀ ਦਿੱਤਾ ਆ, ਅਤੇ ਜਿਹੜੀ ਇੱਕ ਫੈਮਿਲੀ ਦਾ ਬਿਜ਼ਨਸ ਹੈਗਾ ਆ, ਕਿਉਂਕਿ ਸਾਰੇ ਹੀ ਜਿੱਦਾਂ ਮੰਨ ਲਓ ਜਿੰਨੇ ਵੀ ਟਰੱਕ ਡਰਾਈਵਰ ਇੱਥੇ ਆਉਂਦੇ ਨੇ ਰਿਪੇਅਰ ਵਾਸਤੇ, ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਇੱਥੇ ਦਿੱਤੀ ਜਾਂਦੀ ਆ। ਕੋਈ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਜਾਂ ਕੋਈ ਟਾਇਰ ਪਵਾਉਣਾ ਜਾਂ ਟਾਇਰ ਜਾਂ ਕੋਈ ਪਾਰਟ ਵਗੈਰਾ ਕੁਛ ਵੀ ਆ, ਜਿੰਨੀ ਵੀ ਜਲਦੀ ਸਰਵਿਸ ਹੋ ਸਕੇ, ਵੀ ਮੰਨ ਲਓ ਮੁੰਡਾ ਸੋਹਣਾ ਕੰਮ ਕਰਦੇ ਆ ਔਰ ਤਸੱਲੀ ਬਖਸ਼ ਕੰਮ ਕਰਦੇ ਆ ਔਰ ਵਾਜਿਬ ਰੇਟ 'ਤੇ ਆ ਸਾਰਾ ਕੁਛ, ਅਤੇ ਬਹੁਤ ਸੋਹਣਾ ਕੰਮ ਮੁੰਡੇ ਕਰ ਰਹੇ ਆ। ਸੋ ਜਿੱਥੇ ਟਰੱਕ ਬਿਜ਼ਨਸ ਹੈਗਾ ਉਹ ਰੋਜ਼ਗਾਰ ਵੀ ਜਿਹੜਾ ਹੈਗਾ ਉਹ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਜਾਂਦਾ ਕਿ ਰੋਜ਼ਗਾਰ ਜਿਹੜਾ ਉਹ ਵੀ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ, ਔਰ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਇਸ ਟਰੱਕਿੰਗ ਬਿਜ਼ਨਸ ਦੇ ਵਿੱਚ ਜੁੜ ਰਹੀ ਹੈ। ਅਤੇ ਮੇਰੇ ਨਾਲ ਭਾਅ ਜੀ ਮੌਜੂਦ ਨੇ। ਭਾਅ ਜੀ ਸਤਿ ਸ਼੍ਰੀ ਅਕਾਲ, ਕੀ ਨਾਂ ਤੁਹਾਡਾ? ਸਤਿ ਸ਼੍ਰੀ ਅਕਾਲ ਭਾਅ ਜੀ, ਦਵਿੰਦਰ ਸਿੰਘ। ਦਵਿੰਦਰ ਸਿੰਘ ਜੀ, ਤੁਸੀਂ ਕਦ ਜੁੜੇ ਭਾਅ ਜੀ ਹੋਰਾਂ ਦੇ ਨਾਲ, ਔਰ ਤੁਸੀਂ ਕੀ ਸੰਭਾਲ ਰਹੇ ਹੋ? ਮੈਂ ਭਾਅ ਜੀ ਇਸ ਟਾਈਮ ਤਾਂ ਡਰਾਈਵਰ ਹਾਂ, ਪਰ 4 ਸਾਲ ਹੋ ਗਏ ਭਾਅ ਜੀ ਉਹਨਾਂ ਨਾਲ ਜੁੜੇ ਨੂੰ। ਪਹਿਲਾਂ ਮੈਂ ਇੱਥੇ ਕੰਮ ਵੀ ਕੀਤਾ 1 ਸਾਲ, ਉਹਦੇ ਤੋਂ ਬਾਅਦ ਮੈਂ ਲਾਇਸੈਂਸ ਲੈ ਕੇ ਹੁਣ ਡਰਾਈਵਰ ਹਾਂ, ਅਤੇ ਰਿਪੇਅਰ ਕਰਾਉਣ ਆਈਦਾ ਅਕਸਰ ਇੱਥੇ, 24/7 ਬੰਦੇ ਅਵੇਲੇਬਲ ਆ। ਕਿੰਨੇ ਕੁ ਬਣਾ ਲੈਂਦੇ ਹੋ ਮਹੀਨੇ ਦੇ? ਇਹ ਤਾਂ ਡਿਪੈਂਡ ਆ ਹੁਣ, ਨਹੀਂ ਕਿਉਂਕਿ ਮੈਂ ਇਸ ਕਰਕੇ ਪੁੱਛਣਾ ਚਾਹੁੰਦਾ, ਜਿਹੜੇ ਮੁੰਡੇ ਹੁਣ ਜੁੜਨਾ ਚਾਹੁੰਦੇ ਆ, ਦੇ ਵਾਂਟ ਟੂ ਬਿਕਮ ਡਰਾਈਵਰ, ਦੇ ਵਾਂਟ ਟੂ ਕਮ ਇਨਟੂ ਦਿਸ ਬਿਜ਼ਨਸ, ਸੋ ਉਹਨਾਂ ਲਈ ਕੀ ਸੁਜੈਸ਼ਨ ਆ? ਉਹਨਾਂ ਲਈ ਸੁਜੈਸ਼ਨ ਇਹੀ ਆ ਵੀ ਜੁੜਨ। ਅੱਛਾ, ਹਾਂਜੀ, ਸੋਹਣੀ ਸੈਲਰੀ ਆ ਭਾਅ ਜੀ। ਠੀਕ ਹੈ, ਜਿੰਨੀ ਮਿਹਨਤ ਕਰਨਗੇ ਉਨਾ ਜ਼ਿਆਦਾ ਪੈਸਾ।
ਠੀਕ ਹੈ ਹਾਂਜੀ ਤੇ ਬਟ ਵਧੀਆ ਆ ਭਵਿੱਖ ਕਿਵੇਂ MBA ਦੀ ਜੌਬ ਜਿੰਨੇ ਤੱਕ ਕਮਾ ਲੈਂਦੇ ਆ ਉਹ ਚਲੋ ਵਧੀਆ ਫਿਰ ਠੀਕ ਹੈ ਮਤਲਬ ਇੱਕ ਸਕਿਲਡ ਯੂ ਕੈਨ ਸੇ ਦਿਸ ਇਜ਼ ਅ ਸਕਿਲਡ ਜੌਬ ਸਕਿਲਡ ਜੌਬ ਆ ਹਾਂਜੀ ਓਕੇ ਪੜ੍ਹਾਈ ਕਰ ਲਓ ਜਾਂ ਲਾਇਸੈਂਸ ਲੈ ਕੇ ਟਰੱਕ ਚਲਾ ਲਓ ਸੇਮ ਹੀ ਗੱਲ ਅੱਜ ਕੱਲ੍ਹ ਅਮਰੀਕਾ 'ਚ ਠੀਕ ਹੈ ਜੀ ਹਾਂਜੀ ਸੋ ਦੇਖੋ ਜੀ ਜਿਵੇਂ ਸਾਨੂੰ ਤੀਰਥ ਸਰਾਏ ਹੋਰੇ ਭਾਅ ਜੀ ਨੇ ਜਸਵਿੰਦਰ ਭਾਅ ਜੀ ਹੋਰਾਂ ਨੇ ਜਿਵੇਂ ਦੱਸਿਆ ਜਿਵੇਂ ਸਾਨੂੰ ਇੱਥੇ ਮਾਮਾ ਜੀ ਨੇ ਵੀ ਦੱਸਿਆ ਕਿ ਹੁਣ ਸਾਡੇ ਵੀ ਮਾਮਾ ਜੀ ਨੇ ਬਿਜ਼ਨਸ ਦੇ ਮਾਮਾ ਜੀ ਦੇ ਚਲੋ ਕਿ ਵੱਖਰੀ ਗੱਲ ਹੋ ਗਈ ਪਰ ਅਸੀਂ ਰਿਸਪੈਕਟ ਦੇ ਤੌਰ 'ਤੇ ਕਹਿ ਰਹੇ ਹਾਂ ਬਿਕੋਜ਼ ਆਈ ਥਿੰਕ ਟਰੱਕਿੰਗ ਜਿਹੜਾ ਬਿਜ਼ਨਸ ਹੈਗਾ ਉਹ ਇੱਕ ਫੈਮਿਲੀ ਓਰੀਐਂਟਡ ਬਿਜ਼ਨਸ ਹੀ ਹੁੰਦਾ ਜਿੱਥੇ ਤੁਹਾਨੂੰ ਆਪਣੇ ਪਰਿਵਾਰ ਦੀ ਲੋੜ ਹੁੰਦੀ ਹੈ ਅਤੇ ਜਿਹੜੀ ਸਿਟੀ ਟਰੱਕ ਐਂਡ ਟਾਇਰ ਰਿਪੇਅਰ ਹੈ ਉਹ ਵੀ ਇੱਕ ਫੈਮਿਲੀ ਓਰੀਐਂਟਡ ਬਿਜ਼ਨਸ ਹੈਗਾ ਜਿੱਥੇ ਇਹ ਇੱਕ ਫੈਮਿਲੀ ਦੇ ਤਰੀਕੇ ਨਾਲ ਕੰਮ ਕਰਦੇ ਹਨ ਅਤੇ ਨਾਲ ਹੀ ਇਹਨਾਂ ਦਾ ਪਰਿਵਾਰਕ ਮਾਹੌਲ ਇੱਥੇ ਵੇਖਣ ਨੂੰ ਮਿਲਦਾ ਜਿਵੇਂ ਕਿ ਸਾਨੂੰ ਸੋਨੂੰ ਅਤੇ ਪ੍ਰੀਤ ਭਾਅ ਜੀ ਹੋਰਾਂ ਨੇ ਦੱਸਿਆ ਕਿ ਸਾਨੂੰ ਬਹੁਤ ਮਜ਼ਾ ਆਉਂਦਾ ਕੰਮ ਕਰਕੇ ਅਤੇ ਨਾਲ ਹੀ ਅਸੀਂ ਧਿਆਨ ਰੱਖਦੇ ਹਾਂ ਜੋ ਵੀ ਇੱਥੇ ਟਰੱਕ ਲੈ ਕੇ ਆਉਂਦਾ ਤਾਂ ਕਿ ਅਸੀਂ ਉਹਨੂੰ ਵਧੀਆ ਤੋਂ ਵਧੀਆ ਸਰਵਿਸ ਦੇ ਸਕੀਏ ਤਾਂ ਕਿ ਉਹ ਜਾ ਕੇ ਕਹੇ ਕਿ ਅਸੀਂ ਆਪਣੀ ਟਰੱਕ ਦੀ ਸਰਵਿਸ ਜਿਹੜੀ ਹੈ ਉਹ ਸਿਟੀ ਟਰੱਕ ਐਂਡ ਟਾਇਰ ਰਿਪੇਅਰ ਤੋਂ ਕਰਵਾਈ ਹੈ ਅਤੇ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਇੱਥੇ ਆਟੋ ਬੋਡੀ ਪਾਰਟਸ ਟਾਇਰ ਸੇਲਸ ਟਰੱਕ ਐਂਡ ਟ੍ਰੇਲਰ ਰਿਪੇਅਰ ਅਤੇ ਜੋ ਵੀ ਤੁਹਾਨੂੰ ਕੋਈ ਵੀ ਕੰਮ ਸੰਬੰਧਿਤ ਟਰੱਕ ਦੇ ਨਾਲ ਹੈਗਾ ਇੱਥੇ ਉਸ ਗੱਲ ਦਾ ਧਿਆਨ ਰੱਖਿਆ ਜਾਂਦਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਵੱਡੀ ਤਾਦਾਦ ਦੇ ਵਿੱਚ ਇੱਥੇ ਜਿਹੜੇ ਟਰੱਕ ਨੇ ਉਹ ਇੱਥੇ ਜਿਹੜੇ ਇਹਨਾਂ ਦੇ ਕਲਾਇੰਟਸ ਨੇ ਉਹ ਛੱਡ ਕੇ ਜਾਂਦੇ ਹਨ ਤਾਂ ਕਿ ਇਹ ਉਹਨੂੰ ਰਿਪੇਅਰ ਕਰ ਸਕਣ ਇਨ ਕੇਸ ਯੂ ਨੀਡ ਐਨੀ ਟਰੱਕ ਯੂ ਕੈਨ ਆਲਸੋ ਕੰਟੈਕਟ ਦੈਮ ਔਨ 913-850-2804 913-980-9282 ਦੇ ਉੱਤੇ ਤੁਸੀਂ ਕੰਟੈਕਟ ਕਰਕੇ ਰਾਬਤਾ ਕਾਇਮ ਕਰ ਸਕਦੇ ਹੋ ਤੀਰਥ ਸਰਾਏ ਅਤੇ ਜਸਵਿੰਦਰ ਸਰਾਏ ਹੋਰਾਂ ਦੇ ਨਾਲ ਹੁਣ ਰੁਕ ਰਹੇ ਹਾਂ ਬ੍ਰੇਕ ਲਈ ਬ੍ਰੇਕ ਤੋਂ ਬਾਅਦ ਕਰਾਵਾਂਗੇ ਤੁਹਾਡੀ ਮੁਲਾਕਾਤ 5 ਰਿਵਰ ਟਰਾਂਸਪੋਰਟ ਦੇ ਮਾਲਕਾਂ ਦੇ ਨਾਲ ਬ੍ਰੇਕ ਤੋਂ ਸਪਾਰ ਅਤੇ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਨ ਟਰੱਕਿੰਗ ਸ਼ੋਅ ਮਾਈਲਸ ਇਨ ਸਟਾਈਲ ਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਕਿ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ 5 ਰਿਵਰ ਟਰਾਂਸਪੋਰਟ ਦੇ ਓਨਰਸ ਦੇ ਨਾਲ ਮੇਰੇ ਨਾਲ ਮੌਜੂਦ ਹਨ ਗਗਨਦੀਪ ਸਿੰਘ ਅਤੇ ਪਵਿੱਤਰ ਸਿੰਘ ਜੋ ਕਿ 5 ਰਿਵਰ ਟਰਾਂਸਪੋਰਟ ਕੈਂਸਰ ਸਿਟੀ ਵਿਖੇ ਬੜੇ ਹੀ ਲੰਬੇ ਸਮੇਂ ਤੋਂ ਚਲਾਉਂਦੇ ਹੋਏ ਆ ਰਹੇ ਹਨ ਔਰ ਇਹਨਾਂ ਦੀ ਸ਼ੁਰੂਆਤ ਪਹਿਲਾਂ ਕੁਝ ਟਰੱਕਾਂ ਤੋਂ ਹੋਈ ਔਰ ਅੱਜ ਕਿੱਥੇ ਨਾ ਕਿੱਥੇ ਲਗਭਗ 40 ਟਰੱਕਾਂ ਤੋਂ ਵੀ ਵੱਧ ਇਹਨਾਂ ਦੇ ਕੋਲ ਟਰੱਕ ਹਨ ਜਿੱਥੇ ਇਹ ਕਮਿਊਨਿਟੀ ਦੀ ਸਰਵਿਸ ਦੇ ਲਈ ਔਰ ਸਭ ਤੋਂ ਜ਼ਿਆਦਾ ਉਹਨਾਂ ਸਾਰੀ ਓਪਰਚੁਨਿਟੀਜ਼ ਨੂੰ ਅਵੇਲੇਬਲ ਕਰਾ ਰਹੇ ਹਨ ਜੋਬ ਕ੍ਰੀਏਟਸ ਕਰ ਰਹੇ ਹਨ ਕੈਂਸਰ ਸਿਟੀ ਵਿਖੇ ਕਾਫੀ ਲੰਬੇ ਸਮੇਂ ਤੋਂ ਜੋ ਵੀ ਕੈਂਸਰ ਸਿਟੀ ਆ ਕੇ ਆਪਣਾ ਜਿਹੜੇ ਕਰੀਅਰ ਦੀ ਸ਼ੁਰੂਆਤ ਟਰੱਕਿੰਗ ਬਿਜ਼ਨਸ ਦੇ ਵਿੱਚ ਕਰਨਾ ਚਾਹੁੰਦਾ ਜਾਂ ਫਿਰ ਦੇ ਵਾਂਟ ਟੂ ਬਿਕਮ ਅ ਟਰੱਕ ਡਰਾਈਵਰ ਸੋ ਦੇ ਆਰ ਕ੍ਰੀਏਟਿੰਗ ਅ ਜੋਬ ਹੇਅਰ ਇਨ ਕੈਂਸਰ ਸਿਟੀ ਸੋ ਆਈ ਥਿੰਕ ਦੈਟਸ ਦੀ ਬੈਸਟ ਥਿੰਗ ਅਬਾਊਟ 5 ਰਿਵਰ ਟਰਾਂਸਪੋਰਟ ਬਾਏ ਗਗਨਦੀਪ ਸਿੰਘ ਐਂਡ ਪਵਿੱਤਰ ਸਿੰਘ ਜੀ ਵੀ ਵੈਲਕਮ ਯੂ ਇਨ ਆਰ ਸ਼ੋਅ ਟਰੱਕਿੰਗ ਸ਼ੋਅ ਭਾਅ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਭਾਅ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਤੁਹਾਨੂੰ ਸਾਰੀ ਟੀਮ ਨੂੰ ਸਮੁੱਚੀ ਟੀਮ ਨੂੰ ਵੈਲਕਮ ਕਹਿੰਦੇ ਹਾਂ ਕੈਂਸਰਸ ਦੇ ਵਿੱਚ ਅਤੇ ਸੋ ਵਟ ਕਾਇੰਡ ਆਫ ਓਪਰਚੁਨਿਟੀਜ਼ ਭਾਅ ਜੀ ਟਰੱਕਿੰਗ ਬਿਜ਼ਨਸ ਦੇ ਵਿੱਚ ਇੱਥੇ ਕੈਂਸਰ ਸਿਟੀ ਦੇ ਵਿੱਚ ਅਵੇਲੇਬਲ ਹੈਗੀਆਂ ਔਰ ਕਿਵੇਂ ਤੁਸੀਂ ਇਸ ਬਿਜ਼ਨਸ ਦੀ ਸ਼ੁਰੂਆਤ ਕੀਤੀ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੂੰਗਾ ਜੀ ਕੈਂਸਰਸ ਜਿਹੜਾ ਇੱਕ ਇੰਡਸਟਰੀਅਲ ਏਰੀਆ ਰਾਦਰ ਦੈਨ ਐਨੀਥਿੰਗ ਕਾਫੀ ਇੰਡਸਟਰੀ ਆ ਡਰਾਈ ਦੀ ਇੰਡਸਟਰੀ ਕਾਫੀ ਵੱਡੀ ਆ ਅਤੇ ਪ੍ਰੋਡਿਊਸ ਦਾ ਕਾਫੀ ਕੰਮ ਹੈ ਇੱਥੇ ਪਲੱਸ ਇੱਥੇ ਲਿਵਿੰਗ ਵਗੈਰਾ ਦਾ ਵੀ ਬਹੁਤ ਜਾਇਜ਼ ਆ ਲਾਈਕ ਚੀਪ ਆ ਕੋਈ ਜ਼ਿਆਦਾ ਉਹ ਨਹੀਂ ਅਤੇ ਬਾਕੀ ਤੁਸੀਂ ਹਾਰਡ ਵਰਕ ਕਰਦੇ ਜਾਓ ਤਾਂ ਚਾਹੇ 1-40 ਤਾਂ 40-400 ਜਿੱਥੇ ਮਰਜ਼ੀ ਕਰ ਜਾਓ ਜਿੱਥੇ ਮਰਜ਼ੀ ਜਿੰਨੇ ਮਰਜ਼ੀ ਟਰੱਕ ਵਧਾ ਲਓ ਲੈ ਜਾਓ ਸੋ ਜਿਵੇਂ ਸਾਨੂੰ ਦੱਸਿਆ ਕਿ ਹਾਰਡ ਵਰਕ ਦੇ ਸਦਕਾ ਯੂ ਕੈਨ ਕ੍ਰੀਏਟ ਯੋਰ ਕਰੀਅਰ ਹੇਅਰ ਇਨ ਕੈਂਸਰ ਸਿਟੀ ਔਰ ਟਰੱਕਿੰਗ ਬਿਜ਼ਨਸ ਦੇ ਵਿੱਚ ਪਵਿੱਤਰ ਭਾਅ ਜੀ ਸਹਿਮਤੀ ਰੱਖਦੇ ਭਾਅ ਜੀ ਉਹਨਾਂ ਦੀ ਗੱਲ ਹਾਂਜੀ ਹਾਂਜੀ ਸਹਿਮਤੀ ਰੱਖਦੇ ਹਾਂ ਜੀ ਅਤੇ ਕੈਂਸਰ ਸਿਟੀ ਇੱਕ ਨਾ ਸੈਂਟਰਲ ਪੁਆਇੰਟ ਆ ਜੀ ਇਹ ਸਾਰੇ ਪਾਸਿਓਂ ਥੱਲੇ ਟੈਕਸਿਸ ਤੋਂ ਵੀ ਸਮਾਨ ਆਉਂਦਾ ਸਾਰੇ ਪਾਸੇ ਆਉਂਦਾ ਡਿਸਟ੍ਰੀਬਿਊਟ ਹੁੰਦਾ ਬਾਕੀ ਇੱਥੇ ਰੇਲਾਂ ਦੇ ਹੱਬ ਕਾਫੀ ਨੇ ਬਾਕੀ ਕੰਪਨੀਆਂ ਵਗੈਰਾ ਵੀ ਕਾਫੀ ਨੇ ਹੁਣ ਤੁਸੀਂ ਸਪ੍ਰਿੰਟ ਦਾ ਵੀ ਨਾਮ ਸੁਣਿਆ ਹੋਣਾ ਵਾ ਉਹ ਵੀ ਇੱਥੋਂ ਦੀ ਬੇਸਡ ਆ ਗਾਰਮੈਂਟ ਵੀ ਇੱਥੋਂ ਦੀ ਬੇਸਡ ਆ ਹਾਲਮਾਰਕ ਕਾਰਡ ਵਾਲੇ ਉਹ ਵੀ ਇੱਥੋਂ ਦੀ ਬੇਸਡ ਆ ਅਤੇ ਹੋਰ ਇੱਥੇ ਕਈ ਵੱਡੀਆਂ ਜਿਹੜੀਆਂ ਫੋਰਚਿਨ 500 ਕੰਪਨੀਜ਼ ਨੇ ਜਿਹੜੀਆਂ ਅਤੇ ਇੰਡਸਟਰੀ ਕਾਫੀ ਹੈ ਬਿਲਡ ਕਾਫੀ ਸਮਾਨ ਆਉਂਦਾ ਕੱਚਾ ਸਮਾਨ ਆਉਂਦਾ ਬਿਲਡ ਹੋ ਕੇ ਬਾਹਰ ਨੂੰ ਜਾਂਦਾ ਇਸ ਲਈ ਇੱਥੇ ਆਪਰਚੁਨਿਟੀਜ਼ ਤਾਂ ਬਹੁਤ ਨੇ ਪਰ ਜਿਹੜੀਆਂ ਆਪਰਚੁਨਿਟੀਜ਼ ਆ ਉਹ ਤੁਹਾਨੂੰ ਨਾ ਬਿਜ਼ਨਸ ਦੇ ਤੌਰ 'ਤੇ ਕਰਨੀਆਂ ਪੈਂਦੀਆਂ ਨੇ ਨਾ ਕਿ ਇਸ ਤੌਰ 'ਤੇ ਵੀ ਇੱਕ ਦੂਜੇ ਨੂੰ ਦੇਖ ਕੇ ਨਾ ਬੰਦੇ ਨੂੰ ਪਹਿਲਾਂ ਆਪਣਾ ਦੇਖਣਾ ਚਾਹੀਦਾ ਵੀ ਕੰਮ ਕਾਰ ਮੈਂ ਕਿਵੇਂ ਕਰਦਾ ਅਤੇ ਉਹਦੇ ਤੋਂ ਅੱਗੇ ਵਧਣ ਦੇ ਲਈ ਤੁਹਾਡੇ ਕੋਲ ਕੀ ਆਪਰਚੁਨਿਟੀ ਹੈ ਕਿਉਂਕਿ ਜਿੰਨਾ ਚਿਰ ਤੁਸੀਂ ਕੰਮ 'ਚ ਨਹੀਂ ਪੈਂਦੇ ਤੁਹਾਨੂੰ ਪਤਾ ਨਹੀਂ ਲੱਗਦਾ ਜੀ ਇਸ ਲਈ ਵੀ ਜਿਹੜੇ ਆਪਰਚੁਨਿਟੀ ਬਹੁਤ ਨੇ ਬੰਦਾ ਉਹਦਾ ਫਾਇਦਾ ਲੈਣਾ ਹੋਣਾ ਚਾਹੀਦਾ ਜੀ ਬਿਲਕੁਲ ਸੋ ਭਾਅ ਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਤੁਸੀਂ ਦੋਵੇਂ ਕਮਿਊਨਿਟੀ ਦੇ ਵਿੱਚ ਵੀ ਵਿਚਰਦੇ ਹੋ ਔਰ
ਤੁਸੀਂ ਆਪਣੀ ਅਹਿਮ ਭੂਮਿਕਾ ਵੀ ਨਿਭਾਉਂਦੇ ਹੋ ਕਮਿਊਨਿਟੀ ਦੀ ਹਰ ਉਸ ਕੰਮ ਦੇ ਲਈ, ਭਾਵੇਂ ਉਹ ਗੁਰਦੁਆਰਿਆਂ ਦੀ ਉਹਨਾਂ ਨੂੰ ਸਾਹਮਣਾ ਹੋਵੇ ਜਾਂ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਵੀ ਗੱਲ ਦੀ ਲੋੜ ਹੋਵੇ ਤਾਂ ਹਮੇਸ਼ਾ ਫਾਈਵ ਰਿਵਰ ਟਰਾਂਸਪੋਰਟ ਵਚਨਬੰਧ ਵੀ ਹੁੰਦੀ ਹੈ। ਸੋ ਇਫ ਇਟ ਕਮਸ ਟੂ ਕਮਿਊਨਿਟੀ, ਹਾਓ ਯੂ ਆਰ ਮੇਕਿੰਗ ਅ ਚੇਂਜ ਐਂਡ ਵਟ ਕਾਇੰਡ ਆਫ ਯੂ ਨੋ ਥਿੰਗਸ ਵੀ ਸ਼ੁੱਡ ਡੂ ਐਜ਼ ਐਨ ਐਂਟਰਪ੍ਰੀਨੋਰਸ? ਫਸਟ ਆਫ ਆਲ ਜਿਹੜਾ ਕਮਿਊਨਿਟੀ ਲਈ ਇੱਕ ਮੈਂ ਬੜੀ ਵਧੀਆ ਢੰਗ ਨਾਲ ਇੱਕ ਹੋਰ ਕੰਮ ਕਰ ਰਿਹਾ ਜੀ, ਅਸੀਂ ਜਿੰਨੇ ਵੀ ਕੋਈ ਸਾਡੇ ਪੰਜਾਬੀ ਭਰਾ ਜਿਹੜੇ ਲਾਇਸੈਂਸ ਲੈਣਾ ਚਾਹੁੰਦੇ ਉਹ ਸਕੂਲਾਂ 'ਚ ਜਾਂਦੇ ਆ, ਬੜੀਆਂ ਮੋਟੀਆਂ ਫੀਸਾਂ ਦਿੰਦੇ ਆ, ਮੈਨੂੰ ਲੱਗਦਾ ਵੀ ਅੱਜ ਕੱਲ੍ਹ $5,000-$6,000 ਜਿਹੜਾ ਚਾਰਜ ਕਰਦੇ ਆ, ਅਸੀਂ ਉਹਨਾਂ ਨੂੰ ਆਪਦੇ ਯਾਰਡ 'ਚ ਟ੍ਰੇਨ ਕਰਦੇ ਹਾਂ। ਉਸ ਤੋਂ ਬਾਅਦ ਉਹਨਾਂ ਦਾ ਇੱਥੇ ਕੈਂਸਸ ਰੈਵਨਿਊ ਜਿਹੜਾ ਡਿਪਾਰਟਮੈਂਟ ਆਫ ਰੈਵਨਿਊ ਤੋਂ ਲਿਜਾ ਕੇ ਮੈਂ ਖੁਦ ਨਾਲ ਜਾ ਕੇ ਟੈਸਟ ਦਵਾਉਣਾ, ਔਰ ਜਿੰਨੀ $35-$40 ਜਿਹੜੀ $40 ਅਬਾਊਟ ਫੀਸ ਆ, ਸਿਰਫ ਉਹੀ ਫੀਸ ਅਸੀਂ ਚਾਰਜ ਕਰਦੇ ਹਾਂ, ਉਸ ਤੋਂ ਬਿਨਾਂ ਅਸੀਂ ਕੁਛ ਚਾਰਜ ਨਹੀਂ ਕਰਦੇ। ਔਰ ਹੁਣ ਤੱਕ ਮੈਨੂੰ ਲੱਗਦਾ ਮੈਂ 4-5 ਬੰਦਿਆਂ ਨੂੰ ਜਿਹੜਾ ਮੈਂ CDL ਦੇ ਆਲਰੇਡੀ ਅਪਟੇਨਡ ਅ CDL ਲਾਈਕ ਇਨ $40। ਔਰ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਕਹਿਣਾ ਚਾਹੂੰਗਾ ਵੀ ਕੋਈ ਵੀ ਵੀਰ ਆ ਉਹਦਾ 1% ਮਨ ਹੋਵੇ ਵੀ ਮੈਂ ਡਿਟਰਮੀਨੇਸ਼ਨ ਹੋਵੇ ਮੈਂ ਲੈਣਾ, 99% ਜਿਹੜਾ ਮੈਂ ਉਹਨੂੰ ਪ੍ਰਪੇਅਰ ਕਰੂੰਗਾ। ਸੋ ਸੇਵਾ ਲਈ ਅਸੀਂ ਇਸ ਤਰ੍ਹਾਂ ਹਾਜ਼ਰ, ਔਰ ਆਲ ਦਾ ਟਾਈਮ ਸਾਨੂੰ ਮਤਲਬ ਕੋਈ ਗੁਰਦੁਆਰਾ ਸਾਹਿਬ ਦਾ ਜਾਂ ਸਾਡੀ ਕਮਿਊਨਿਟੀ ਦਾ ਕੋਈ ਵੀ ਕੰਮ ਹੋਵੇ ਕੈਂਸਸ ਦੇ ਵਿੱਚ ਹੋਵੇ ਕਿਸੇ ਤਰ੍ਹਾਂ ਦਾ ਕੰਮ ਹੋਵੇ, ਅਸੀਂ ਉਹਦੇ 'ਚ ਹਮੇਸ਼ਾ ਹਾਜ਼ਰ ਨਾਜ਼ਰ, ਸਾਡਾ ਸਮੁੱਚਾ ਪਰਿਵਾਰ ਸਦਾ ਹਾਜ਼ਰ ਨਾਜ਼ਰ ਰਹਿੰਦਾ ਦਿਨ ਰਾਤ, ਔਰ ਅਸੀਂ ਆਲਵੇਜ਼ ਕਮਿਊਨਿਟੀ ਦੇ ਚੰਗਾ ਕੰਮਾਂ ਲਈ ਆਫਕੋਰਸ ਖੜ੍ਹੇ ਹਾਂ। ਇਹ ਬਹੁਤ ਹੀ ਵੱਡੀ ਗੱਲ ਹੈ ਤੁਹਾਡੇ ਲਈ, ਜੇਕਰ ਤੁਸੀਂ ਕੈਂਸਰ ਸਿਟੀ ਦੇ ਕਿਸੇ ਵੀ ਨਾਲ ਦੀ ਸਟੇਟ ਦੇ ਵਿੱਚ ਰਹਿੰਦੇ ਹੋ, ਔਰ ਇਫ ਯੂ ਵਾਂਟ ਟੂ ਸਟਾਰਟ ਯੂਅਰ ਕਰੀਅਰ ਇਨ ਟਰੱਕਿੰਗ ਬਿਜ਼ਨਸ, ਸੋ ਇਫ ਯੂ ਵਾਂਟ ਟੂ ਯੂ ਨੋ ਗੈਟ ਅ ਲਾਇਸੈਂਸ ਆਲਸੋ, ਤਾਂ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਇਸ ਹੇਠ ਲਿਖੇ ਨੰਬਰ ਦੇ ਉੱਤੇ। ਫਾਈਵ ਰਿਵਰ ਟਰਾਂਸਪੋਰਟ ਦੇ ਮਾਲਕ ਗਗਨਦੀਪ ਸਿੰਘ ਅਤੇ ਪਵਿੱਤਰ ਸਿੰਘ ਹੋਰਾਂ ਦੇ ਨਾਲ, ਜੋ ਕਿ ਤੁਹਾਨੂੰ ਲਾਇਸੈਂਸ ਦਵਾਉਣ ਦੇ ਵਿੱਚ ਵੀ ਵਚਨਬੰਧ ਹੋਣਗੇ, ਜੇਕਰ ਤੁਸੀਂ ਮਨ ਬਣਾ ਲਿਆ ਕਿ ਵਾਕਈ ਹੀ ਤੁਸੀਂ ਇਸ ਬਿਜ਼ਨਸ ਦੇ ਵਿੱਚ ਆਉਣਾ ਹੈ ਐਂਡ ਯੂ ਵਾਂਟ ਟੂ ਸਟਾਰਟ ਯੂਅਰ ਕਰੀਅਰ ਐਜ਼ ਅ ਡਰਾਈਵਰ, ਸੋ ਦੇ ਗੋਨਾ ਡੂ ਇਟ ਫੋਰ ਯੂ ਫੋਰ ਸ਼ੋਰ। ਲੇਕਿਨ ਹੁਣ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਿੱਥੇ ਅਸੀਂ ਇੱਕ ਪਾਸੇ ਇਸ ਸ਼ੋਅ ਦੇ ਦੌਰਾਨ ਤੁਹਾਨੂੰ ਦੱਸ ਰਹੇ ਹਾਂ ਕਿ ਕਿਵੇਂ ਜਿਹੜਾ ਟਰੱਕਿੰਗ ਬਿਜ਼ਨਸ ਹੈ ਉਹ ਸਕਸੈਸਫੁਲ ਵੀ ਹੋ ਰਿਹਾ, ਲੇਕਿਨ ਕਿੱਥੇ ਨਾ ਕਿੱਥੇ ਨਿਊਜ਼ ਵੀ ਆਉਂਦੀ ਹੈ ਔਰ ਅਸੀਂ ਸੁਣਦੇ ਹਾਂ ਕਿ ਇਹ ਹੁਣ ਡਾਊਨਫਾਲ ਵੀ ਇੱਥੇ ਵੇਖਣ ਨੂੰ ਮਿਲ ਰਿਹਾ ਇਸ ਬਿਜ਼ਨਸ ਦੇ ਵਿੱਚ, ਅਤੇ ਉਹਦੇ ਕੀ ਕਾਰਨ ਹਨ? ਅਗਰ ਡਾਊਨਫਾਲ ਵਾਕਈ ਹੈ ਤਾਂ ਕਿਉਂ ਹੋ ਰਿਹਾ, ਔਰ ਕਿਵੇਂ ਇਸ ਨੂੰ ਅਸੀਂ ਪ੍ਰੋਗਰੈਸਿਵ ਕਰ ਸਕਦੇ ਹਾਂ ਐਂਡ ਵੀ ਕੈਨ ਕਮ ਆਊਟ ਫਰੋਮ ਦਿਸ ਡਾਊਨਫਾਲ ਐਜ਼ ਵੈਲ? ਆਈ ਵੁੱਡ ਲਾਈਕ ਟੂ ਨੋ ਦਿਸ ਫਰੋਮ ਪਵਿੱਤਰ ਭਾਜੀ। ਹਾਂਜੀ, ਜਿਹੜਾ ਨਾ ਇੰਡਸਟਰੀ ਦੇ ਵਿੱਚ ਜਿਹੜਾ ਅੱਜ ਕੱਲ੍ਹ ਡਾਊਨਫਾਲ ਹੋਇਆ, ਮੈਨੂੰ ਲੱਗਦਾ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਤਾਂ ਅੱਜ ਕੱਲ੍ਹ ਪਤਾ ਹੀ ਹੈ ਵੀ ਪਿਛਲੇ ਕੋਈ ਆਈ ਥਿੰਕ 6-7 ਮੰਥ ਤੋਂ, ਕਿਉਂਕਿ ਯੂਜਲੀ ਜਿਹੜਾ ਟਰੈਕਿੰਗ ਬਿਜ਼ਨਸ ਤਾਂ ਸਿਕਲਿਕਲ ਆਈ ਹੈ, ਇਹ ਸਾਈਕਲ ਦੇ ਵਿੱਚ ਜਾਂਦਾ ਉੱਤੇ ਥੱਲੇ ਹੁੰਦਾ, ਪਰ ਉਹ ਸਾਈਕਲਾਂ ਦਾ ਤੁਹਾਨੂੰ ਪਤਾ ਹੁਣ ਇੱਕ ਸਾਈਕਲ ਹੋਇਆ ਲੈਸ 7 ਮੰਥ ਤੋਂ, ਜਦੋਂ ਟਰੰਪ ਨੇ ਚਾਈਨਾ ਦੇ ਉੱਤੇ ਜਿਹੜਾ ਦੇ ਨਾਲ ਜੋ ਪਿੱਛੇ ਤੋਂ ਜੋ ਗੱਲਾਂ ਚੱਲ ਰਹੀਆਂ ਉਹਦੇ ਕਰਕੇ ਜਿਹੜਾ ਨਾ ਸਮਾਨ ਬਹੁਤ ਘੱਟ ਆ ਰਿਹਾ, ਕਿਉਂਕਿ ਉੱਥੇ ਟਰੱਕ ਵੱਧ ਗਏ, ਡਿਮਾਂਡ ਘੱਟ ਗਈ, ਪ੍ਰਾਈਸਾਂ ਥੱਲੇ ਆਉਣ ਲੱਗ ਗਈਆਂ, ਹੁਣ ਪ੍ਰਾਈਸ ਉਨੀ ਕੀ ਮਿਲਦੀ ਹੈ ਜਿਹਦੇ 'ਚ ਬੇਰਲੀ, ਕਿਉਂਕਿ ਜਿਹੜੇ ਜਿਹਦੇ ਕੋਲ ਸੀਗਾ ਜਿਹਦੇ ਕੋਲ ਬੈਕਅਪ ਸੀਗੀ ਉਹ ਤਾਂ ਸਰਵਾਈਵ ਕਰੀ ਜਾਂਦਾ, ਜਿਹਦੇ ਕੋਲ ਕੋਈ ਬੈਕਅਪ ਹੈ ਨਹੀਂ ਗੀ, ਬੈਂਕ ਨੂੰ ਤੁਸੀਂ ਪੈਸੇ ਦੇਣੇ ਆ, ਬੈਂਕ ਨੇ ਤਾਂ ਲੈਣੇ ਹੀ ਲੈਣੇ ਆ ਜੀ, ਉਹਨਾਂ ਨੇ ਤਾਂ ਆਪਦੀ ਕਿਸ਼ਤ ਲੈਣੀ ਆ, ਜੇ ਨਹੀਂ ਜਾਂਦੀ ਤਾਂ ਉਹਨਾਂ ਨੇ ਆਪਦਾ ਸਮਾਨ ਵਾਪਸ ਜਾ ਰਿਹਾ, ਇਹਦਾ ਡਰਾਈਵਰਾਂ 'ਤੇ ਵੀ ਅਸਰ ਪੈਂਦਾ ਕਿਉਂਕਿ ਹੁਣ ਜੇ ਕੋਈ ਜਿੱਦਾਂ ਟਰੱਕ ਵੇਚਦਾ ਕਿਸੇ ਦਾ ਹੋਰ ਹੁੰਦਾ, ਕ੍ਰੈਡਿਟ 'ਤੇ ਵੀ ਅਸਰ ਪੈਂਦਾ, ਸਭ ਕੁਛ 'ਤੇ ਅਸਰ ਪੈਂਦਾ। ਇਹਦੇ ਲਈ ਲੋਕ ਜਿਹੜੀ ਕੰਮ ਕਰਨਾ ਚਾਹੀਦਾ ਸੋਚ ਵਿਚਾਰ ਕੇ ਚੀਜ਼ਾਂ ਨੂੰ ਦੇਖ ਕੇ ਵੀ ਮਾਰਕੀਟ ਦੇ ਵਿੱਚ ਕੀ ਚੱਲਦਾ। ਬੇਸਿਕਲੀ ਮੈਂ ਇਹ ਕਹੂੰਗਾ ਜੀ ਵੀ ਟਰੱਕਿੰਗ ਜਿਹੜੀ ਆ ਨਾ ਇਹਨੂੰ ਤੁਸੀਂ ਐਜ਼ ਏ ਪੇਸ਼ੇਵਰ ਲਾਈਕ ਅਪਣਾਓ, ਇਹਨੂੰ ਸਟੇਟਸ ਸਿੰਬਲ ਨਾ ਬਣਾਓ ਵੀ ਮੇਰੇ ਕੋਲ ਇੱਕ ਟਰੱਕ ਆ ਜੀ, ਜੇ ਫਾਈਵ ਰਿਵਰ ਵਾਲਿਆਂ ਕੋਲ 35 ਆ ਤਾਂ ਮੈਂ 40 ਕਰਨੇ ਆ, ਜਾਂ ਕਿਸੇ ਕੋਲ ਸਪੋਜ਼ ਕਰੋ 50 ਤਾਂ ਮੈਂ ਉਹਨੂੰ 60 ਕਰਨੇ ਆ। ਕੰਮ ਕਰੋ, ਬਿਜ਼ਨਸ ਨੂੰ ਬਿਜ਼ਨਸ ਸਮਝ ਕੇ ਕਰੋ, ਇਹ ਬਹੁਤ ਹਾਰਡ ਵਰਕ ਆ, 24/7 ਜੋਬ ਆ, ਪੈਸਾ ਬੇਸ਼ੱਕ ਪੈਸਾ ਇਹਦੇ ਵਿੱਚ ਕੰਮ ਆ, ਪਰ ਦਿਨੋਂ ਦਿਨ ਤਾਂ ਨਿਘਾਰ ਵੱਲ ਜਾਣ ਦਾ ਜਿਹੜਾ ਡਾਊਨਫਾਲ ਵੱਲ ਜਾਣ ਦਾ ਕਾਰਨ ਇਹ ਆ ਵੀ ਆਪਾਂ ਬਿਨਾਂ ਸੋਚੇ ਸਮਝੇ ਸਿਰਫ ਇਹ ਸੋਚ ਲੈਣੀ ਪੈਸਾ ਬੈਂਕ ਦਾ ਲਓ ਜੀ, ਟਰੱਕ ਲੈ ਲਿਆ ਅੱਜ ਅਸੀਂ, ਟ੍ਰੇਲਰ ਲੈ ਲਿਆ, ਤੁਸੀਂ ਹਰੇਕ ਚੀਜ਼ ਨੂੰ ਕਾਊਂਟ ਕਰੋ, ਦੇਖੋ ਵੀ ਸਾਨੂੰ ਕੀ ਸਾਡੀਆਂ ਇਹਦੀਆਂ ਆਊਟਗੋਇੰਗਸ ਆ, ਕੀ ਸਾਡੀਆਂ ਇਨਕਮਿੰਗਸ ਆ, ਇੱਕ ਵਧਾਓ, ਬਿਜ਼ਨਸ ਵਧਾਉਣਾ ਮਾੜਾ ਨਹੀਂ ਪਰ ਉਹਨੂੰ ਤਰੀਕੇ ਨਾਲ ਕਰੋ, ਸਿਰ ਇੱਕ ਦੂਜੇ ਨੂੰ ਦਿਖਾਉਣ ਲਈ ਨਾ ਕਰੋ ਵੀ ਜੇ ਬਸ। ਮੈਂ ਤਾਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ ਜੀ, ਅਤੇ ਸ਼ੋਅ ਆਫ ਸਾਨੂੰ ਨਹੀਂ ਕਰਨਾ ਚਾਹੀਦਾ, ਸਾਨੂੰ ਵੇਖਣਾ ਚਾਹੀਦਾ ਸਾਡੇ ਫਿਊਚਰ ਪ੍ਰੋਜੈਕਟਸ ਕੀ ਹਨ ਔਰ ਕਿਵੇਂ ਅਸੀਂ ਆਪਣੇ ਫਿਊਚਰ ਨੂੰ ਵੀ ਸਿਕਿਓਰ ਕਰ ਸਕਦੇ ਹਾਂ। ਸੋ ਯੂ ਹੈਵ ਟੂ ਕ੍ਰੀਏਟ ਅ ਰੋਡ ਮੈਪ ਇਫ ਯੂ ਵਾਂਟ ਟੂ ਗੈਟ ਯੂ ਨੋ ਸਕਸੈਸ ਇਨ ਦਿਸ ਬਿਜ਼ਨਸ। ਸੋ ਤੁਸੀਂ ਜਿਵੇਂ ਕਿ ਸਾਨੂੰ ਪਵਿੱਤਰ ਭਾਅ ਜੀ ਹੋਰਾਂ ਨੇ, ਗਗਨ ਭਾਅ ਜੀ ਹੋਰਾਂ ਨੇ ਇੱਥੇ ਦੱਸਿਆ ਕਿ ਇਹਨੂੰ ਸਟੇਟਸ ਸਿੰਬਲ ਨਾ ਬਣਾਓ, ਤੁਸੀਂ ਇੱਕ
ਰੋਡ ਮੈਪ ਤਿਆਰ ਕਰੋ, ਆਪਣੇ ਕਰੀਅਰ ਦੀ ਸ਼ੁਰੂਆਤ ਜੇਕਰ ਕਰਨੀ ਹੈ ਤਾਂ ਤੁਸੀਂ ਬਹੁਤ ਸੋਚ ਸਮਝ ਕੇ ਇੱਕ ਪ੍ਰੋਜੈਕਟਸ ਬਣਾਓ। ਲੇਕਿਨ ਐਂਡ ਆਫ ਦਾ ਡੇ, ਲੇਕਿਨ ਅਗਰ ਤੁਸੀਂ ਕੈਂਸਰ ਸਿਟੀ ਵਿਖੇ ਆਉਣਾ ਚਾਹੁੰਦੇ ਹੋ, ਆ ਕੇ ਵਸਣਾ ਚਾਹੁੰਦੇ ਹੋ, ਔਰ ਤੁਸੀਂ ਟਰੈਕਿੰਗ ਬਿਜ਼ਨਸ ਕਰਨਾ ਚਾਹੁੰਦੇ ਹੋ, ਔਰ ਇਫ ਯੂ ਵਾਂਟ ਟੂ ਬਿਕਮ ਅ ਡਰਾਈਵਰ, ਵਟ ਹੈਵਰ ਯੂ ਵਾਂਟ ਟੂ ਡੂ ਹੇਅਰ ਇਨ ਕੈਂਸਰ ਸਿਟੀ, ਯੂ ਕੈਨ ਜਸਟ ਕੰਟੈਕਟ ਪਵਿੱਤਰ ਸਿੰਘ ਐਂਡ ਗਗਨ ਸਿੰਘ ਔਰ ਦਿਸ ਨੰਬਰ ਵਿਚ ਇਜ਼ ਵੀ ਆਰ ਫਲੈਸ਼ਿੰਗ ਰਾਈਟ ਨਾ ਔਨ ਟੀ ਵੀ ਸਕਰੀਨ। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਰਾਬਤਾ ਕਾਇਮ ਕਰ ਸਕਦੇ ਹੋ, ਐਂਡ ਤੁਸੀਂ ਜੇਕਰ ਲਾਇਸੈਂਸ ਓਬਟੇਨ ਕਰਨਾ ਚਾਹੁੰਦੇ ਹੋ, ਦੈਨ ਡੈਫੀਨੇਟਲੀ ਦੇ ਗੋਨਾ ਹੈਲਪ ਯੂ ਆਊਟ ਟੂ ਗੈਟ ਦ ਸੀ ਡੀ ਐਲ ਲਾਇਸੈਂਸ ਫਰੋਮ ਦੀ ਅਥਾਰਟੀਜ਼ ਬਾਏ ਨੋਟ ਚਾਰਜਿੰਗ ਐਨੀ ਫੀ, ਜਸਟ ਜਿਹੜੀ $35-40 ਦੀ ਫੀ ਹੁੰਦੀ ਹੈ ਉਹੀ ਫੀ ਤੁਹਾਨੂੰ ਚਾਰਜ ਕੀਤੀ ਜਾਵੇਗੀ, ਅਤੇ ਨਾਲ ਕਮਿਊਨਿਟੀ ਦੇ ਲਈ ਵੀ ਇਹ ਵੱਧ ਚੜ੍ਹ ਕੇ ਕੰਮ ਕਰ ਰਹੇ ਹਨ। ਸੋ 5 ਰਿਵਰ ਟਰਾਂਸਪੋਰਟ ਕੈਂਸਰ ਸਿਟੀ ਵਿਖੇ ਜਿਵੇਂ ਪ੍ਰੋਗਰੈਸਿਵ ਹੋ ਰਿਹਾ ਤਾਂ ਇਹੀ ਇਹਨਾਂ ਦਾ ਟੀਚਾ ਹੈਗਾ ਕਿ ਅਸੀਂ ਆਪਣੇ ਫਿਊਚਰ ਪ੍ਰੋਜੈਕਟਸ, ਅਸੀਂ ਆਪਣੇ ਸਾਰੀ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੰਮ ਕਰਦੇ ਹਾਂ। ਜੇਕਰ ਤੁਸੀਂ ਇਹਨਾਂ ਦੀ ਸਰਵਿਸਿਜ਼ ਲੈਣਾ ਚਾਹੁੰਦੇ ਹੋ, ਇਫ ਯੂ ਵਾਂਟ ਟੂ ਟੇਕ ਐਨੀ ਕਾਇੰਡ ਆਫ ਸਰਵਿਸਿਜ਼ ਫਰੋਮ 5 ਰਿਵਰ ਟਰਾਂਸਪੋਰਟ, ਜਸਟ ਕੰਟੈਕਟ ਔਨ ਦਿਸ ਨੰਬਰ, ਇਸ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਥੈਂਕ ਯੂ ਵੈਰੀ ਮੱਚ, ਅਤੇ ਅੱਜ ਦੇ ਇਸ ਟਰੈਕਿੰਗ ਸ਼ੋਅ ਦੇ ਵਿੱਚ ਫਿਲਹਾਲ ਇੰਨਾ ਹੀ। ਮਿਲਾਂਗੇ ਤੁਹਾਨੂੰ ਨੈਕਸਟ ਵੀਕ ਇੱਕ ਨਵੇਂ ਐਪੀਸੋਡ ਦੇ ਨਾਲ, ਔਰ ਮਿਲਵਾਵਾਂਗੇ ਤੁਹਾਨੂੰ ਇੱਕ ਨਵੇਂ ਐਂਟਰਪ੍ਰੀਨਿਓਰ ਦੇ ਨਾਲ ਕਿ ਕਿਵੇਂ ਉਹਨਾਂ ਨੇ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਧਰਤੀ ਦੇ ਉੱਤੇ ਆਪਣੇ ਆਪ ਨੂੰ ਔਰ ਆਪਣੇ ਟਰੈਕਿੰਗ ਬਿਜ਼ਨਸ ਨੂੰ ਬਣਾਇਆ ਕਾਮਯਾਬ। ਫਿਲਹਾਲ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ, ਮੇਰੇ ਨਾਲ ਨਵਨੀਤ ਸਿੰਘ ਹੋਰਾਂ ਨੂੰ ਦਵੋ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ, ਵੇਖਦੇ ਰਹੋ ਜਸ ਪੰਜਾਬੀ।